ਹਾਂਜੀ, ਸਵਾਗਤ ਹੈ ਤੁਹਾਡਾ ਅਖਤਰਾਂ ਐਲ ਐਸ ਆਈ ਕੇ ਯੂਟਿਊਬ ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਮੌਸਮ ਵਾਲੀ ਵੀਡੀਓ ਜੀ, 16, 17 ਅਤੇ 18 ਅਕਤੂਬਰ ਨੂੰ। ਇਹ 3 ਦਿਨ ਜੀ ਤਾਪਮਾਨ ਆ ਜਿਹੜਾ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 19 ਰਹਿ ਸਕਦਾ ਜੀ, ਅਤੇ ਬਾਕੀ ਮੀਂਹ ਦੀ ਵੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਜੀ। ਤੁਸੀਂ ਜ਼ਿਆਦਾ ਜਾਣਕਾਰੀ ਲਈ ਭਾਰਤੀ ਮੌਸਮ ਵਿਭਾਗ ਦੀ ਸਾਈਟ 'ਤੇ ਜਾ ਕੇ ਦੇਖ ਸਕਦੇ ਹੋਗੇ 17, 18 ਅਕਤੂਬਰ ਨੂੰ, ਠੀਕ ਹੈ ਜੀ। ਮੀਂਹ ਦੀ ਸੰਭਾਵਨਾ ਬਣ ਰਹੀ 18 ਅਕਤੂਬਰ ਨੂੰ ਥੋੜ੍ਹੀ ਜ਼ਿਆਦਾ, 17 ਨੂੰ ਲਗਭਗ ਨਾਂ ਦੇ ਮੰਤਰੀ ਹੈ, 18 ਨੂੰ ਬੱਦਲਬਾਈ ਹੋ ਸਕਦੀ ਹੈ ਅਤੇ ਹਲਕਾ ਫੁਲਕਾ ਮੀਂਹ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ ਹੈਗਾ ਜੀ। ਕਿਤੇ ਕਿਤੇ ਦਰਮਿਆਨਾ ਮੀਂਹ ਵੀ ਹੋ ਸਕਦਾ, ਅਤੇ ਜਿਹਦੇ ਨਾਲ ਜੀ ਠੰਡ 'ਚ ਵਾਧਾ ਹੋਵੇਗਾ। ਅਤੇ ਇਹ ਮੀਂਹ ਵੈਸੇ ਫਸਲਾਂ ਲਈ ਨੁਕਸਾਨਦਾਇਕ ਹੀ ਹੈ, ਕਿਉਂਕਿ ਜਿਹੜੇ ਹਜੇ ਝੋਨੇ ਪੂਰੀ ਤਰ੍ਹਾਂ ਪੱਕੇ ਹੋਏ ਆ ਅਤੇ ਨਰਮੇ ਲੋਕ ਚੁੱਕ ਰਹੇ ਆ ਬਹੁਤ ਸਾਰੇ, ਤਾਂ ਉਹਨਾਂ ਲਈ ਇਹ ਨੁਕਸਾਨ ਹੀ ਹੈ ਜੀ। ਅਤੇ ਮੀਂਹ ਨਾ ਪਵੇ ਤਾਂ ਚੰਗੀ ਗੱਲ ਹੈ, ਪਰ ਇਹ ਜਿਹੜੇ 18 ਤੋਂ ਬਾਅਦ ਆ ਜਿਹੜਾ ਤਾਪਮਾਨ ਹੈ ਜੀ, ਹੋਰ ਵੀ ਘੱਟ ਸਕਦਾ, ਕਿਉਂਕਿ ਠੰਡ ਆ ਜਿਹੜੀ ਵਧੇਗੀ। ਅਤੇ ਸੂਰਜ ਚੜ੍ਹਨ ਦਾ ਜਿਹੜਾ ਸਮਾਂ 6:33 ਹੈ ਜੀ, ਸੂਰਜ ਛਿਪਣ ਦਾ ਸਮਾਂ 5:56, ਦਿਨ ਹੁਣ ਛੋਟੇ ਹੋ ਰਹੇ ਨੇ ਲਗਾਤਾਰ। ਅਤੇ ਜੀ ਇਹੀ ਨਿਊਜ਼ ਹੈ ਜੀ, ਮੀਂਹ ਹੈ ਜਿਹੜਾ ਪੈ ਸਕਦਾ, ਹਲਕਾ ਫੁਲਕਾ ਬੱਦਲਬਾਈ ਹੋਵੇਗੀ, ਅਤੇ ਜਿਹਦੇ ਨਾਲ ਕਿ ਠੰਡ 'ਚ ਵਾਧਾ ਹੋ ਜਾਵੇਗਾ ਅਗਲੇ 1-2 ਦਿਨਾਂ ਦੇ ਵਿੱਚ, ਤਾਪਮਾਨ ਡਿੱਗੇਗਾ। ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰੋ, ਸ਼ੇਅਰ ਵੀ ਕਰੋ, ਏਰੀਆ ਕਮੈਂਟ ਕਰ ਸਕਦੇ ਹੋ ਆਪਣਾ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਵੀਡੀਓ। ਹੋਰ ਬਹੁਤ ਸਾਰੀਆਂ ਕੰਮ ਦੀਆਂ ਵੀਡੀਓ ਨੇ, 500+ ਵੀਡੀਓ ਤੁਸੀਂ ਦੇਖ ਸਕਦੇ ਹੋ। ਅਤੇ ਹੋਰ ਵੀ ਕੋਈ ਤੁਸੀਂ ਚਾਹੁੰਦੇ ਜਾਣਕਾਰੀ ਵਾਲੀ ਵੀਡੀਓ ਪਾਈਏ ਜਾਂ ਕਿਸ ਟੋਪਿਕ 'ਤੇ ਪਾਈਏ, ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਬਾਕੀ ਉਮੀਦ ਤਾਂ ਇਹੀ ਕਰਾਂਗੇ ਵੀ ਇਹ ਮੀਂਹ ਨਾ ਆਵੇ ਤਾਂ ਚੰਗੀ ਗੱਲ ਆ, ਬਹੁਤ ਵਧੀਆ। ਵੀਡੀਓ ਦੇਖਣ ਲਈ ਧੰਨਵਾਦ ਜੀ।